ਦੀ ਆ ਉਹ ਹਿਸਟੇਜ ਸਾਡੀ ਸਾਰਿਆਂ ਦੀ ਹੋਵੇ, ਇੱਦਾਂ ਨਹੀਂ ਬਣਨੀ। ਪਹਿਲਾਂ ਤੁਹਾਨੂੰ ਉਹ ਸਟੈਪ ਕਰਨਾ ਪੈਣਾ, ਪਹਿਲਾਂ ਤੁਰਨਾ ਪੈਣਾ ਉਸ ਸਟੈਪ 'ਤੇ, ਹੈ ਨਾ। ਹੌਲੀ 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 ਬਿਲਕੁਲ ਹੌਲੀ ਉਹ ਤੁਹਾਡੇ ਅੰਦਰ ਦੀਪ ਬਣ ਜਾਂਦਾ, ਇੱਕ ਜੋਤ ਜਿਹਨੂੰ ਆਪਾਂ ਕਹਿੰਦੇ। ਫਿਰ ਉਹਦੇ ਵਿੱਚ ਗਿਆਨ ਪ੍ਰਚੰਡ ਹੁੰਦਾ ਆ, ਫਿਰ ਸਾਨੂੰ ਰਾਹ ਦਿਸਣੇ ਸ਼ੁਰੂ ਹੋ ਜਾਂਦੇ। ਅੱਛਾ, ਇੱਧਰ ਵੀ ਜਾ ਸਕਦੇ, ਇੱਧਰ ਵੀ ਕਰ ਸਕਦੇ ਹਾਂ, ਇੱਦਾਂ ਵੀ ਕਰ ਸਕਦੇ, ਬਿਲਕੁਲ ਇੱਦਾਂ ਵੀ ਕਰ ਸਕਦੇ, ਹੈ ਨਾ। ਹਾਂਜੀ ਫਿਰ ਹਾਂਜੀ ਜਿੱਦਾਂ ਜਿੱਦਾਂ ਉਹ ਕਰਦੇ ਜਾਓਗੇ, ਆਪਣੇ ਆਪ ਹੀ ਕਲੀਅਰ ਹੁੰਦਾ ਜਾਣਾ ਆ। ਹਾਂਜੀ 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 ਨਹੀਂ, ਕਈ ਚੀਜ਼ਾਂ ਦੀ ਦੇਖੋ ਤੁਰੇ ਹੋਏ ਵੀ ਕਈ ਚੀਜ਼ਾਂ ਦੀ ਸਮਝ ਆ ਕੇ ਬਾਅਦ ਚੋਂ ਲੱਗੀ ਹੈ ਨਾ ਜੀ, ਦੇਖੋ ਜੀ। ਪਹਿਲਾਂ ਹਾਂਜੀ, ਨਹੀਂ ਹੁੰਦੀ। ਉਹ ਪ੍ਰਚੰਡ ਹੀ ਹੁੰਦਾ ਨਾ, ਫਿਰ ਚਲੋ ਆਪਾਂ ਹਾਂਜੀ ਤੁਰੇ ਹਾਂ ਹੁੰਦੇ ਹਾਂ, ਉਹ ਪ੍ਰਚੰਡ ਜਦੋਂ ਹੁੰਦਾ ਫਿਰ ਸਮਝ ਆਉਣ ਲੱਗ ਪੈਂਦੀ ਸਾਨੂੰ, ਸਾਨੂੰ ਹਾਂਜੀ ਕਲੀਅਰ ਹਾਂਜੀ ਹੋਣ ਲੱਗ ਪੈਂਦਾ ਨਾ ਕਿ ਹਾਂਜੀ ਅਸੀਂ ਹਾਂਜੀ ਖੇਡ ਤਾਂ ਆਹ ਅਸੀਂ ਐਵੇਂ ਤੁਰੇ ਫਿਰਦੇ ਹੋਰ ਪਾਸੇ ਨਾ। ਬਿਲਕੁਲ ਬਿਲਕੁਲ ਜੀ, ਉਹ ਜਦੋਂ ਪ੍ਰਚੰਡ ਹੁੰਦਾ ਫਿਰ ਹਾਸਾ ਵੀ ਆਉਂਦਾ ਆ, ਹਾਸਾ ਬਿਲਕੁਲ ਬਹੁਤ ਆਉਂਦਾ ਕਿਸੇ ਵੇਲੇ ਤਾਂ, ਯਾਰ ਖੇਡ ਦਾ ਕੁਛ ਹੋ ਰਿਹਾ, ਕਰੀ ਅਸੀਂ ਕੁਛ ਹੋਰ ਹੀ ਜਾਂਦੇ ਹਾਂ ਨਾ। ਹਾਂਜੀ 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 ਹੁਣ ਤੁਰੇ ਨੂੰ ਮੈਨੂੰ ਕਾਫੀ ਟਾਈਮ ਹੋ ਗਿਆ ਸੀ, ਅੰਦਰੋਂ ਜਦੋਂ ਸਮਝ ਲੱਗੀ ਹੁਕਮਾਂ ਦੀ ਜੀ ਫਿਰ ਹੋਰ ਖਿੜ ਗਿਆ, ਫਿਰ ਮੈਂ ਕਿਹਾ ਵੀ ਹੁਣ ਅਸਲ ਦੇ ਵਿੱਚ ਗੱਲ ਬਣੀ ਹੈ। ਜੀ 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 ਫਿਰ ਸਮਝ ਲੱਗਦੀ ਆ ਕਿ ਯਾਰ ਕਹਾਣੀ ਦਾ ਕੁਛ ਹੋਰ ਹੀ ਆ, ਹੈ ਨਾ। ਹਾਂਜੀ 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 ਆਪਾਂ ਕਿਸੇ ਹੋਰ ਹੀ ਪਾਸੇ ਭੱਜੇ ਫਿਰਦੇ ਹਾਂ, ਜਦੋਂ ਕਹਾਣੀ ਦਾ ਪਤਾ ਲੱਗਦਾ ਫਿਰ ਹਾਸਾ ਆਪਣੇ ਆਪ ਨਿਕਲਦਾ ਮੂੰਹ 'ਚ ਵਿੱਚੋਂ, ਹੈ ਨਾ। ਸਹੀ ਗੱਲ ਹੈ ਜੀ, ਆਪਣੇ ਆਪ ਬੰਦਾ ਖਿੜਿਆ ਜਾ ਰਹਿੰਦਾ ਹੈ ਨਾ। ਸਹੀ ਗੱਲ ਹੈ ਜੀ, ਵਾਹਿਗੁਰੂ ਵਾਹਿਗੁਰੂ। ਕੁਛ ਬਦਲ ਜਾਂਦਾ ਜਦ ਆਪਾਂ ਐਕਸੈਪਟੈਂਸ ਚ ਆ ਜਾਂਦੇ ਹਾਂ, ਹੈ ਨਾ, ਹੁਕਮ ਚ ਆ ਜਾਂਦੇ, ਐਕਸੈਪਟੈਂਸ ਚ ਆ ਜਾਂਦੇ ਹਾਂ ਜੀ, ਫਿਰ ਸਾਰਾ ਆਪਣਾ ਸਾਰਾ ਕੁਛ ਅਸੀਂ ਡਿਫਰੈਂਟਲੀ ਪਰਸੀਵ ਕਰਦੇ ਹਾਂ ਫਿਰ। ਬਿਲਕੁਲ, ਅਸੀਂ ਅਸਲ ਵਿੱਚ ਆਪਾਂ ਜਦੋਂ ਕਹਿੰਦੇ ਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮੇ ਕੋਈ, ਹੈ ਨਾ, ਫਿਰ ਉਹ ਕਹਿੰਦੇ ਨਾਨਕ ਹੁਕਮੇ ਜੇ ਬੁਝੇ ਫਿਰ ਹਉਮੈ ਰਹੇ ਨਾ ਕੋਈ, ਹੈ ਨਾ। ਫਿਰ ਅਸੀਂ ਉਹਦੇ ਵਿੱਚ ਆਉਂਦੇ ਹਾਂ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਵੀ ਉਹਦਾ ਹੁਕਮ ਹੀ ਆ, ਹੈ ਨਾ। ਤੇ ਫਿਰ ਜਦੋਂ ਉਹ ਐਰੋਗੈਂਸ ਜਦ ਸਾਡੀ ਜਿਹੜੀ ਘੱਟ ਜਾਂਦੀ ਨਾ, ਅਸੀਂ ਫਿਰ ਛੱਡ ਦਿੰਦੇ ਹਾਂ, ਫਿਰ ਅਸੀਂ ਆਉਂਦੇ ਹੁਕਮ ਵਿੱਚ, ਹੈ ਨਾ। ਦੂਸਰੀ ਪੰਕਤੀ ਵਿੱਚ ਉਹ ਜਵਾਬ ਉਹਦਾ ਦਿੰਦੇ ਆ ਨਾ, ਜਿਹੜਾ ਬੁੱਝ ਲੈਂਦਾ ਹੁਕਮ, ਕਹਿੰਦੇ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਰਹੇ ਨਾ ਕੋਈ, ਹੈ ਨਾ। ਤੇ ਉਹ ਫਿਰ ਹਉ ਵਿੱਚ ਨਹੀਂ ਰਹਿੰਦਾ ਫਿਰ ਬੰਦਾ, ਹੈ ਨਾ,